ਨਮਸਕਾਰ ਜਲੰਧਰ ਦੂਰਦਰਸ਼ਨ ਤੇ ਇੱਕ ਖਾਸ ਖਬਰ ਇੱਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੌਰਵ ਬਾਲੀ ਵੱਲੋਂ ਹਾਰਦਿਕ ਸਵਾਗਤ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ ਜੀ ਕੁਝ ਉਹਨਾਂ ਖਾਸ ਖਬਰਾਂ ਤੇ ਜੋ ਬਣੀਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਜਾਣਾਂਗੇ ਇਹਨਾਂ ਦੇ ਕੁਝ ਅਹਿਮ ਪਹਿਲੂ ਔਰ ਇਸ ਚਰਚਾ ਵਿੱਚ ਅੱਜ ਮੇਰਾ ਸਾਥ ਦੇਣ ਲਈ ਸਟੂਡੀਓ ਵਿੱਚ ਮੌਜੂਦ ਨੇ ਐਡੀਟਰ ਪੰਜਾਬ ਟਾਈਮਜ਼ ਸ਼੍ਰੀ ਬਲਜੀਤ ਸਿੰਘ ਬਰਾੜ ਜੀ ਬਰਾੜ ਜੀ ਬਹੁਤ ਸਵਾਗਤ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਿਨਾ ਹੋਰ ਸਮਾਂ ਲੈਂਦਿਆਂ ਹੋਇਆਂ ਅੱਜ ਦੀ ਖਬਰਾਂ ਤੋਂ ਪਹਿਲਾਂ ਅੱਜ ईद दा पाक ਦਿਹਾੜਾ ਜਲੰਧਰ ਦੂਰਦਰਸ਼ਨ ਦੀ ਸਾਰੀ ਟੀਮ ਵੱਲੋਂ ਅਸੀਂ ਆਪਣੇ ਦਰਸ਼ਕਾਂ ਨੂੰ ਇਸ پاک ਦਿਹਾੜੇ ਦੀਆਂ ਵਧਾਈਆਂ ਦਿੰਦੇ ਆਂ ਔਰ ਬਰਾੜ ਜੀ ਇਸ ਮੌਕੇ ਸਾਡੇ ਦਰਸ਼ਕਾਂ ਵਾਸਤੇ ਕੋਈ ਸੁਨੇਹਾ ਜੀ ਬਹੁਤ ਮੁਬਾਰਕ ਮੌਕਾ ਹੈ ਤਾਂ ਸਾਰਿਆਂ ਨੂੰ Eid ਦੀ ਮੁਬਾਰਕ ਹੋਵੇ ਦੂਸਰਾ ਇਹਦੇ ਨਾਲ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ ਪਹਿਲੀ ਗੱਲ ਤਾਂ ਇਹ ਵੀ Eid ਦਾ ਜਿਹੜਾ ਤਿਹਾਰ ਹੈ ਇਹ ਏਕਤਾ ਦਾ ਜਗ ਜੈਤੀ ਦਾ ਸਮਾਜਿਕ ਭਾਈਚਾਰੇ ਨੂੰ ਵਧਾਉਣ ਦਾ ਤਿਹਾਰ ਹੈ ਇਹਨੂੰ ਇਸੇ ਭਾਵਨਾ ਚ ਮਨਾਇਆ ਜਾਣਾ ਚਾਹੀਦਾ ਤੇ ਇੱਕ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਮੌਜੂਦਾ ਸੰਕਟ ਦੇ ਸਮੇਂ ਸਾਰੇ ਜਿਹੜੇ Eid ਮਨਾ ਰਹੇ ਨੇ ਉਹਨਾਂ ਲਈ ਮੈਂ ਖਾਸ ਤੌਰ ਤੇ ਦੱਸਣਾ ਚਾਹੁੰਦਾ ਹਾਂ ਵੀ ਉਹ ਜਿਹੜਾ ਸਮਾਜਿਕ ਵਿਥਾ ਜਾਂ ਸਰੀਰਕ ਵਿਥਾ ਉਹਦਾ ਖਿਆਲ ਰੱਖਣ ਕਿਸੇ ਤਰ੍ਹਾਂ ਦਾ ਪੀੜ ਪੜਾ ਕਰਨਾ ਨਾ ਕਰਨ ਪਰ ਇਹ ਚੰਗੀ ਗੱਲ ਹੈ ਪੰਜਾਬ ਦੇ ਵਿੱਚ ਬਹੁਤੇ ਥਾਵਾਂ ਤੇ ਡਿਪਟੀ ਕਮਿਸ਼ਨਰ ਸਹਿਬਾਨ ਨੇ ਸਬੰਧਤ ਜਿਹੜੀ ਇਥੇ ਬੰਦੀਆਂ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਜਲੰਧਰ 'ਚ ਵੀ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਸੀ ਕਿ ਉਹਨਾਂ ਨੂੰ ਸਮਝਾਇਆ ਗਿਆ ਸੀਗਾ ਵੀ ਜਿਹੜੀ ਈਦ ਆ ਇਹ ਘਰਾਂ ਤੋਂ ਮਨਾਇ ਜਾਵੇ ਜੀ ਕਿਸੇ ਵੀ ਜਿਹੜਾ ਧਾਰਮਿਕ ਸੰਸਥਾ ਹੈਗੀ ਜਿਹਦਾ ਮਸਜਿਦ ਹੈ ਉੱਥੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਨਾ ਕੀਤਾ ਜਾਵੇ ਤਾਂ ਬਿੱਤਰ ਰਹੇਗਾ ਮੇਰੇ ਖਿਆਲ ਸਾਰੇ ਇਸ ਗੱਲ ਨੂੰ ਪਾਲਣ ਕਰਨਗੇ ਇਸ ਨਿਜ਼ਮ ਦਾ ਤੇ ਬਿਤਰੇ ਵੀ ਅਸੀਂ ਸਾਰੇ ਆਪਣਾ ਵਿਚਾਰ ਰੱਖੀਏ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਸੰਕਟ ਪੈਦਾ ਨਾ ਹੋਵੇ ਪੰਜਾਬ ਬਹੁਤ ਵਧੀਆ ਸਥਿਤੀ ਚ ਗੁਜ਼ਰ ਰਿਹਾ ਹੈ Eid ਨੂੰ ਵੀ ਇਸ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਤੇ ਸਾਰੇ ਮੁਸਲਮ ਭਾਈਚਾਰੇ ਦੇ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਅਪੀਲ ਕਰਦਾ ਵੀ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਿਆ ਹਦਾਇਤਾਂ ਦੀ ਹੂਬ ਹੂ ਪਾਲਣਾ ਕਰਨ ਤੇ ਬਹੁਤ ਖੁਸ਼ੀ ਖੁਸ਼ੀ ਇਸ ਇਤਿਹਾਰ ਨੂੰ ਮਨਾਉਣ ਬਿਲਕੁਲ ਹੁਣ ਰੁਕ ਕਰਾਂਗੇ ਅਸੀਂ ਆਪਣੀਆਂ ਖਬਰਾਂ ਦਾ ਸ਼ੁਰੂਆਤ ਕਰਾਂਗੇ ਕਿ ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਲੂ ਦੀ ਲਪੇਟ ਵਿੱਚ ਆ ਚੁੱਕਾ ਹੈ ਔਰ ਇਸ ਬਾਰੇ ਜਿਹੜਾ ਮੌਸਮ ਵਿਭਾਗ ਨੇ ਰੈਡ ਅਲਰਟ ਵੀ ਜਾਰੀ ਕੀਤਾ ਹੈ ਬਰਾੜ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਤੇ ਵੀ ਬਹੁਤ ਲੰਮਾ ਸਮਾਂ ਅਸੀਂ ਬੜੀਆਂ ਠੰਡੀਆਂ ਹਵਾਵਾਂ ਮਾਣੀਆਂ ਨੇ بارش ਹੁੰਦੀ ਰਹੀ ਹੈਗੀ ਗਰਮੀ ਅਸਲ 'ਚ ਪਹਿਲਾਂ ਸ਼ੁਰੂ ਹੋ ਜਾਂਦਾ ਦੌਰ ਪਹਿਲੇ ਸਮੇਂ 'ਚ ਹੁਣ ਥੋੜੀ ਜੀ ਮੌਸਮ ਦੀ ਤਬਦੀਲੀ ਕਾਰਨ ਥੋੜੀ ਜੀ ਲੇਟ ਗਰਮੀ ਪੈ ਰਹੀ ਹੈਗੀ ਇਹ ਗਰਮੀ ਵੀ ਜਿਵੇਂ ਮੌਸਮ ਵਿਗਿਆਨੀ ਦੱਸ ਰਹੇ ਨੇ ਸਾਨੂੰ 27-28 ਤਰੀਕ ਤੱਕ ਇਹ ਟੈਂਪਰੇਚਰ ਵਧੇਗਾ 46 ਤੱਕ ਜਾ ਸਕਦਾ ਇਸ ਸਮੇਂ 44-43 ਦੇ ਕਰੀਬ ਹੈ ਤੇ ਪੰਜ ਸਟੇਟਾਂ ਦੇ ਲਈ ਰੈਡ ਅਲਰਟ ਹੈਗਾ ਜਿਦੇ ਵਿੱਚ ਪੰਜਾਬ ਸ਼ਾਮਿਲ ਹੈ ਰਾਜਸਥਾਨਾ ਚੰਡੀਗੜ੍ਹ ਹੈ ਦਿੱਲੀ ਹੈ ਤੇ ਇਹ ਸਾਰੇ ਸਟੇਟਾਂ ਦੇ ਵਿੱਚ ਸਾਰੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਇਹ ਜਿਹੜੀਆਂ ਅਸਲ 'ਚ ਹਿਮਾਲਿਆ ਵਿੱਚੋਂ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਪੱਛਮੀ ਹਵਾਵਾਂ ਗੜਬੜ ਵਾਲੀਆਂ ਉਹਨਾਂ ਕਾਰਨ ਟੈਂਪਰੇਚਰ ਵਧ ਰਿਹਾ ਉਹਨਾਂ ਕਾਰਨ ਤਾਪਮਾਨ ਵਧ ਰਿਹਾ ਸਾਨੂੰ ਆਪਣੇ ਸਾਰੇ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਸਭ ਤੋਂ ਵੱਡੀ ਗੱਲ ਵਿਗਿਆਨੀ ਦੱਸ ਰਹੇ ਨੇ ਵੀ ਤੁਸੀਂ 1 ਤੋਂ ਲੈ ਕੇ 5 ਵਜੇ ਤੱਕ ਬਾਹਰ ਨਾ ਨਿਕਲੋ ਕਿਸੇ ਕੰਮ ਦੇ ਉੱਪਰ ਨਾ ਨਿਕਲੋ ਜਿਹੜੇ ਦੇਸ਼ਾਂ ਦੇ ਵਿੱਚ ਬਹੁਤ ਗਰਮੀ ਪੈਂਦੀ ਉਹਨਾਂ ਵਿੱਚ ਪਹਿਲਾਂ ਹੀ ਇੱਕ ਬਣਿਆ ਹੋਇਆ ਰੂਲ ਜਿਵੇਂ ਦੁਬਈ ਦੇ ਵਿੱਚ ਤੁਸੀਂ ਦੇਖੋ ਜਾਂ ਹੋਰ ਜਿਵੇਂ ਯੂਏਈ ਜਾਂ ਅਰਬ ਕੰਟਰੀਜ਼ ਉੱਥੇ ਦੁਪਹਿਰ ਤੋਂ ਬਾਅਦ ਜਿਹੜਾ 1 ਵਜੇ ਤੋਂ ਬਾਅਦ ਬਹੁਤੇ ਲੋਕ ਕੰਮ ਤੇ ਨਹੀਂ ਹੁੰਦੇ ਹੇ ਘਰਾਂ ਦੇ ਵਿੱਚ ਹੁੰਦੇ ਨੇ ਸਾਨੂੰ ਵੀ ਇਹ ਇਸ ਗੱਲ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਪਰ ਸਾਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਆ ਉਹਨਾਂ ਸਾਡੇ ਯੋਧਿਆਂ ਦੀ ਜਾਂ ਜਿਹੜੇ ਸ ਖਾਸ ਤੌਰ ਤੇ ਪੁਲਿਸ ਤੇ ਸਿਹਤ ਕਰਮਚਾਰੀ ਜਿਹੜੇ ਇੰਨੀ ਗਰਮੀ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਮਾਸਕ ਪਾ ਕੇ ਨਿਭਾ ਰਹੇ ਨੇ ਬਹੁਤ ਔਖੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈਗੀ ਤੇ ਇਹ ਸਾਡੀ ਸਾਰਿਆਂ ਦੀ ਡਿਊਟੀ ਹੈ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਵਧੀਆ ਤਰੀਕੇ ਨਾਲ ਅਸੀਂ ਆਪਣੀਆਂ ਡਿਊਟੀਆਂ ਨਿਭਾਈਏ ਤਾਂ ਕਿ ਕੋਈ ਆਉਣ ਵਾਲੇ ਸਮੇਂ 'ਚ ਆਫਤ ਨਾ ਆਵੇ ਜੀ ਵੈਰਾਇਟੀ ਜੀ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਦੂਸ਼ਣ ਦੀ ਗੱਲ ਕੀਤੀ ਜਾਂਦੀ ਹੈ ਜਸ ਨਪਾਰਾ ਹੋਰ ਵੱਧਾ ਔਰ ਉਸ ਤੋਂ ਬਾਅਦ ਪਰਾਲੀ ਸਾੜਨ ਦੀਆਂ ਘਟਨਾਵਾਂ ਜਿਹੜੀਆਂ ਉਸ ਕਰਕੇ ਹਵਾ ਅਬੋ ਹਰ ਖਰਾਬ ਹੁੰਦੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਸਥਿਤੀ ਮੈਂ ਅਸਲ ਚੀਜ਼ ਦੇ ਵਿੱਚ ਇੱਕ ਬਹੁਤ ਮੈਨੂੰ ਬੜੀ ਹੈਰਾਨੀ ਹੋਈ ਹੈ ਇਹ ਅੰਕੜਾ ਪੜਕੇ ਵੀ ਜਿਹੜੀ ਜਲੰਧਰ ਦੇ ਵਿੱਚ ਹਵਾ ਇਸ ਕਰਕੇ ਖਰਾਬ ਹੈ ਕਿਉਂਕਿ ਇੱਥੇ ਜਿਆਦਾ ਪਰਾਲੀ ਸਾੜੀ ਗਈ ਹੈ ਤੇ ਜਲੰਧਰ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਹੈਗਾ ਇਸ ਤਰ੍ਹਾਂ ਦੇ ਘਟਨਾਵਾਂ ਵਾਪਰੀਆਂ ਬਹੁਤ ਹੀ ਬਹੁਤ ਹੀ ਸਾਡੇ ਲਈ ਦਰਦਨਾਕ ਨੇ ਬਹੁਤ ਹੀ ਦੁਖਦਾਈ ਨੇ ਤੇ ਪ੍ਰਸ਼ਾਸਨ ਨੂੰ ਮਰਖਲੇ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸੈਟੇਲਾਈਟ ਰਹੀ ਜਿਹੜੀਆਂ ਤਸਵੀਰਾਂ ਆਉਂਦੀਆਂ ਨੇ ਉਨ੍ਹਾਂ ਦੇ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਜੇ ਕਿਸੇ ਨੇ ਇਸ ਤਰ੍ਹਾਂ ਦੀ ਅਲੱਗਣਾ ਕੀਤੀ ਹੈ ਪਰ ਜੇ ਸੁਮਚਿਤ ਤੌਰ ਤੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਘਟੀਆਂ ਨੇ ਇਸ ਵਾਰ ਬਹੁਤੀਆਂ ਘਟਨਾਵਾਂ ਨਹੀਂ ਵਾਪਰੀਆਂ ਬਹੁਤੇ ਜ਼ਿਲ੍ਹਿਆਂ ਵਿੱਚ ਕੋਈ ਘਟਨਾ ਨਹੀਂ ਵਾਪਰੀ ਹੈਗੀ ਕਈ ਜ਼ਿਲ੍ਹਿਆਂ ਚ ਜਿਹੜੀਆਂ ਵਾਪਰੀਆਂ ਨੇ ਉਹ ਉੱਥੇ ਮੈਂ ਕਹਿੰਦਾ ਕੇਸ ਦਰਜ ਕੀਤੇ ਗਏ ਨੇ ਜਲੰਧਰ ਦੇ ਵਿੱਚ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈਗੀ ਪਰ ਪੁਰਾਣੀ ਸਾੜਨ ਦੀ ਜਿਹੜੀ ਨੌਬਤ ਹੈ ਉਹ ਆਉਂਦੀ ਹੀ ਕਿਉਂ ਅਸਲ 'ਚ ਪ੍ਰਬੰਧਾ ਕਰਕੇ ਆਉਂਦੀ ਹੈ ਕਿ ਤਾ ਪ੍ਰਸ਼ਾਸਨ ਦੀ ਢਿੱਲ ਕਰਕੇ ਆਉਂਦੀ ਹੈ ਦੂਸਰਾ ਇਹ ਵੀ ਉਹਨੂੰ ਜਿਹੜੀ ਕਿਸਾਨਾਂ ਦੇ ਵਿੱਚ ਇਹ ਭਰਮ ਪਾਇਆ ਜਾਂਦਾ ਵੀ ਜੇ ਪਰਾਲੀ ਨੂੰ ਨਾ ਸਾੜਿਆ ਗਿਆ ਤਾਂ ਨਵੀਂ ਫਸਲ ਬੀਜਣੀ ਔਖੀ ਹੈਗੀ ਜਿਹੜੇ ਦੂਸਰੇ ਪ੍ਰਬੰਧ ਨੇ ਜਿੰਨਾ ਚ ਡੀਜ਼ਲ ਕਾਫੀ ਖਪਤ ਹੁੰਦਾ ਟਰੈਕਟਰ ਲਾਉਣਾ ਪੈਂਦਾਗਾ ਉਹ ਥੋੜੇ ਜਿਹਾ ਔਖੇ ਨੇ ਉਹ ਮਿਹਨਤ ਕਰਨਾ ਨਹੀਂ ਚਾਹੁੰਦੇ ਬਹੁਤੇ ਕਿਸਾਨ ਜਿਨ੍ਹਾਂ ਦੀ ਇੱਕ ਇੱਕ ਜਿਹੜੀ ਜਿਹੜੀ ਝੋਨੇ ਨੂੰ ਜਿਹੜੀ ਕੱਟਣ ਦੀ ਜਿਹੜੀ ਝਾੜਨ ਦੀ ਪਰੰਪਰਾ ਪੁਰਾਣੀ ਸੀਗੀ ਉਹਦੇ ਵਿੱਚ ਇਹ ਸਮੱਸਿਆ ਨਹੀਂ ਸੀਗੀ ਹੁਣ ਸਮੱਸਿਆ ਮਸ਼ੀਨੀਕਰਨ ਕਰਕੇ ਆ ਰਹੀ ਹੈਗੀ ਜੀ ਅੱਗੇ ਵਧਾਂਗੇ ਗੱਲਬਾਤ ਕਰਾਂਗੇ ਕਰੋਨਾ ਮਹਾਮਾਰੀ ਦੇ ਫਲਾਣ ਨੂੰ ਰੋਕਣ ਲਈ ਪੂਰੇ ਦੇਸ਼ ਭਰ ਵਿੱਚ ਲਾਕਡਾਊਨ ਲਾਇਆ ਗਿਆ ਸੀ ਜਿਸ ਦਾ ਹੁਣ ਚੌਥਾ ਦੌਰ ਚੱਲ ਰਿਹਾ ਹੈ ਔਰ ਚੌਥੇ ਦੌਰ ਵਿੱਚ ਕਈ ਤਰ੍ਹਾਂ ਦੀਆਂ ਖੁੱਲ੍ਹਾ ਵੀ ਦਿੱਤੀਆਂ ਗਈਆਂ ਨੇ ਤਾਂ ਕਿ ਜੋ ਰੁਕੀ ਹੋਈ ਜ਼ਿੰਦਗੀ ਹੈ ਉਸ ਨੂੰ ਰਫ਼ਤਾਰ ਦਿੱਤੀ ਜਾ ਸਕੇ ਔਰ ਉਹਨਾਂ ਖੁੱਲ੍ਹਾਂ ਵਿੱਚ ਇੱਕ ਜਿਹੜੀਆਂ ਘਰੇਲੂ ਉਡਾਣਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਸੀ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋ ਜੀ ਮੇਰੇ ਖਿਆਲ ਚੰਗੀ ਸ਼ੁਰੂਆਤ ਹੈ ਕਿਉਂਕਿ ਜਦ ਤੱਕ ਤੁਸੀਂ ਆਵਾਜਾਬ ਦੇ ਸਾਧਨ ਮੁਹੱਈਆ ਨਹੀਂ ਕਰਾਉਂਗੇ ਤਦ ਤੱਕ ਵਿਕਾਸ ਸਰਗਰਮੀਆਂ ਨਹੀਂ ਹੋ ਸਕਦੀਆਂ ਜੀ ਵਿਕਾਸ ਦੀਆਂ ਸਰਗਰਮੀਆਂ ਲਈ ਰੇਲਾਂ ਵੀ ਚੱਲਣੇ ਚਾਹੀਦੇ ਨੇ ਬੱਸਾਂ ਵੀ ਚੱਲਣੇ ਚਾਹੀਦੇ ਨੇ ਪਰ ਸਾਨੂੰ ਉਹ ਜਿਹੜੇ ਸਾਰੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਇੱਕ ਦੂਜੇ ਨੂੰ ਇਹ ਲਾਗ ਨਾ ਲੱਗੇ ਇਸ ਰੋਗ ਦੀ ਘਰੇਲੂ ਉਡਾਨਾਂ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਉਹਦੇ ਵਿੱਚ 25 ਤੋਂ ਸ਼ੁਰੂ ਹੋ ਰਹੀਆਂ ਨੇ ਮੇਰੇ ਖਿਆਲ ਅਗਸਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇੰਟਰਨੈਸ਼ਨਲ ਉਡਾਨਾਂ ਵੀ ਸ਼ੁਰੂ ਕਰਾਂਗੇ ਜੀ ਉਹਦੇ ਵਿੱਚ ਕਈ ਤਰ੍ਹਾਂ ਦੇ ਹਲੇ ਵੀ ਅੱਜ ਇਸ ਤਰ੍ਹਾਂ ਦਾ ਕਨਫਿਊਜ਼ਨ ਬਣਿਆ ਹੋਇਆਗਾ ਕੁਝ ਸਟ ਇਸ ਗੱਲ ਨੂੰ ਅਲਾਉ ਨਹੀਂ ਕੀਤਾ ਵੀ ਉਹ ਸਾਡੇ ਉੱਥੇ ਇਹ ਚਲਾਉਣ ਮਹਾਰਾਸ਼ਟਰ 오ਡੀਸਾ ਉਹਨਾਂ ਨੇ ਉਹ ਡਾਟਾ 25 ਤੋਂ ਸ਼ਾਇਦ ਨਾ ਸ਼ੁਰੂ ਹੋਣ ਅਗਲੇ ਦਿਨਾਂ ਚ ਉੱਥੇ ਸ਼ੁਰੂ ਹੋ ਸਕਦੀਆਂ ਨੇ ਬਿਲਕੁਲ ਔਰ ਚਾਹੇ ਹਵਾਈ ਸਫਰ ਹੋਵੇ ਬਸ ਸਫਰ ਹੋਵੇ ਜਾਂ ਰੇਲ ਗੱਡੀ ਦੇ ਦੁਆਰਾ ਸਫਰ ਕਰ ਰਿਹਾ ਕੋਈ ਵੀ ਯਾਤਰੀ ਹੋਵੇ ਸਿਹਤ ਮੰਤਰਾਲੇ ਵੱਲੋਂ ਇਸ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿਸ ਤਰ੍ਹਾਂ ਦੀਆਂ ਸ਼ਰਤਾਂ ਇਸ ਉਤੇ ਲਾਗੂ ਕੀਤੀਆਂ ਪਹਿਲੀ ਗੱਲ ਤਾਂ ਇਹ ਵੀ 14 ਦਿਨਾਂ ਦਾ ਜਿਹੜਾ ਕਾਂਤਵਾਸ ਉਹ ਕੀਤਾ ਗਿਆ ਕੁਝ ਥੋੜੀ ਜਿਹੀ ਤਕਦੀਲੀ ਕਹੀ ਕੀਤੀ ਗਈ ਵੀ ਜਿਹੜੇ ਬਾਹਰ ਤੋਂ ਲੋਕ ਆਉਂਦੇ ਨੇ ਇੰਟਰਨੈਸ਼ਨਲ ਫਲਾਈਟਾਂ ਰਾਹੀਂ ਜੀ ਉਹਨਾਂ ਨੂੰ 7 ਦਿਨ ਆਪਣੇ ਖਰਚੇ ਉੱਪਰ ਮਤਲਬ ਜਿਹੜੀ ਸੰਸਥਾਈ ਇਕਾਂਤਵਾਸ ਕਰਨਾ ਪਊਗਾ ਤੇ ਦੂਸਰੇ ਜਿਹੜੇ ਇੱਕ ਬੱਚਿਆਂ ਵਾਸਤੇ ਖਾਸ ਤੌਰ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਆਪਣੇ ਮਾਪਿਆਂ ਦੇ ਨਾਲ ਕਾਂਤਵਾਸ ਚ ਰਹਿ ਸਕਣਗੇ ਪਹਿਲਾਂ ਨਹੀਂ ਰਹਿ ਸਕਦੇ ਸੀਗੇ ਤੇ ਇਹ ਬਾਕੀ ਜਿਹੜੀਆਂ ਸਟੇਟਾਂ ਨੂੰ ਵੀ ਅਧਿਕਾਰ ਦਿੱਤਾ ਗਿਆ ਸੂਬਾ ਪੱਧਰ ਤੇ ਵੀ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਜਿੱਥੇ ਕੋਈ ਲੋੜ ਹੈਗੀ ਉੱਚ ਤਬਦੀਲੀ ਹੋ ਸਕਦੀ ਹੈ ਇਹਨਾਂ ਨਿਯਮਾਂ ਦੇ ਵਿੱਚ ਬਿਲਕੁਲ ਤੇ ਦੂਜੇ ਪਾਸੇ ਜੇ ਗੱਲ ਕਰੀਏ ਕਰੋਨਾ ਮਹਾਮਾਰੀ ਦੀ ਜਿਸ ਦੇ ਮਰੀਜ਼ਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਉਸ ਦੇ ਨਾਲ ਹੀ ਕਈ ਜਿਹੜੇ ਸੂਬੇ ਨੇ ਉਹ ਇੱਥੋਂ ਤੱਕ ਕਿ ਦੁਨੀਆ ਵਿੱਚ ਕਈ ਤਰ੍ਹਾਂ ਦੇ ਦੇਸ਼ ਨੇ ਇਹ ਸਾਰੇ ਬਾਰੇ ਕਾਫੀ ਚਿੰਤਤ ਦਿਖ ਰਹੇ ਨੇ ਕੀ ਕਹਿਣਾ ਚਾਹੁੰ। ਮੇਰੇ ਖਿਆਲ ਚਿੰਤਾ ਥੋੜੀ ਜਿਹੀ ਘਟੀ ਹੈ ਪੂਰੇ ਸੰਸਾਰ 'ਚ ਹੀ। ਭਾਰਤ ਦੇ ਵਿੱਚ ਵੀ ਕੁਝ ਸੂਬੇ ਨੇ ਜਿੱਥੇ 7 ਸੂਬਿਆਂ ਦੇ ਵਿੱਚ ਜ਼ਿਆਦਾ ਕੇਸ ਨੇ 50% ਕੇਸ 7 ਸੂਬਿਆਂ ਦੇ ਵਿੱਚ ਨੇ। ਬਾਕੀ ਸੂਬੇ ਲਗਭਗ ਮੁਕਤ ਹੁੰਦੇ ਜਾ ਰਹੇ ਨੇ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਕੋਈ ਕਰੋਨਾ ਦਾ ਕੇਸ ਨਹੀਂ ਹੈਗਾ। ਜੀ। ਤੇ ਜਿਹੜੀ ਕੁੱਲ ਗਿਣਤੀ ਵੀ 300 ਦੇ ਆਸ-ਪਾਸ ਹੁਣ ਰਹੇਗੀ ਹੈ ਕਿ ਪਹਿਲਾਂ 2100 ਦੀ ਕਰੀ ਚੱਲੀ ਗਈ ਸੀਗੀ ਤੇ ਪਰ ਇਹ ਦੀ ਹਲੇ ਵੀ ਇੱਕ ਗੱਲ ਦੀ ਜ਼ਰੂਰਤ ਹੈ ਵੀ ਅਸੀਂ ਇਸ ਗੱਲ ਨੂੰ ਸਮਝੀਏ ਵੀ ਅਸੀਂ ਕਰੋਨਾ ਦੇ ਜਿਹੜਾ ਇਹ ਸੰਕਟ ਹੈ ਇਹਦੇ ਵਿੱਚ ਅਸੀਂ ਕਿਵੇਂ ਜੀਣਾਗਾ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ ਸਰਕਾਰ ਵੱਲੋਂ ਸਿਹਤ ਮੰਤਰਾਲੇ ਵੱਲੋਂ WHO ਵੱਲੋਂ ਬਕਾਇਦਾ ਇਸ ਸਬੰਧੀ ਚ ਗਾਈਡ ਲਾਈਨਾਂ ਹਦਾਇਤਾਂ ਜਾਰੀ ਹੋ ਚੁੱਕੀਆਂ ਨੇ ਜੇ ਅਸੀਂ ਉਹਨਾਂ ਦਾ ਪਾਲਨ ਕਰੀਏ ਉਹਨਾਂ ਮੁਤਾਬਕ ਚੱਲੀ ਆਪਣਾ ਕੰਮ ਕਾਜ ਵੀ ਕਰੀਏ ਅਸੀਂ ਜਿਹੜੀ ਸਮਾਜਿਕ ਵਿਥ ਵੀ ਰੱਖੀਏ ਇੱਕ ਦੂਜੇ ਤੋਂ ਸਰੀਰਕ ਵਿਥ ਵੀ ਰੱਖੀਏ ਤਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਨਹੀਂ ਇਹ ਬਿਮਾਰੀ ਉਹਦੀ ਲੱਗਦੀ ਹੈ ਜਦੋਂ ਅਸੀਂ ਕਿਸੇ ਬਿਮਾਰ ਬੰਦੇ ਨਾਲ ਸੰਪਰਕ ਦੇ ਵਿੱਚ ਆਉਨੇ ਆ ਜਾਂ ਅਸੀਂ ਉਹਨਾਂ ਚੀਜ਼ਾਂ ਦੀ ਪਾਲਣਾ ਨਹੀਂ ਕਰਦੇ ਜਿਹੜੀਆਂ ਸਾਨੂੰ ਦੱਸੀਆਂ ਗਈਆਂ ਨੇ ਬਿਲਕੁਲ ਬਰਾੜ ਜੀ ਇੱਥੇ ਮੁੱਦਾ ਇਹ ਹੈ ਵੀ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਭਾਰਤ ਦਾ ਜਿਹੜਾ ਸੂਬਾ ਹੈ ਜਿਸ ਵਿੱਚ ਕਰਫਿਊ ਲਾਇਆ ਗਿਆ ਸੀ ਫਿਰ ਵੀ ਇੱਥੇ ਜਿਹੜੇ ਨਵੇਂ ਮਾਮਲੇ ਰੋਜ਼ ਆਉਂਦੇ ਦਿਖ ਰਹੇ ਨੇ ਮਾਮਲੇ ਤੋਂ ਇਸ ਤਰ੍ਹਾਂ ਸਾਡੇ ਇੱਕ ਤਾਂ ਸਾਡਾ ਵਿਦੇਸ਼ ਦਾ ਸੰਪਰਕ ਬਹੁਤ ਜ਼ਿਆਦਾ ਵਿਦੇਸ਼ ਤੋਂ ਸਾਡੇ ਲਗਾਤਾਰ ਆਉਂਦੇ ਜਾਂਦੇ ਰਹਿੰਦੇ ਨੇ ਇਸ ਕਰਕੇ ਪੰਜਾਬ ਦੇ ਚਾਹੀ ਪਰ ਪੰਜਾਬ ਦੀ ਜਿਹੜੀ ਸਮੱਸਿਆ ਕੋਈ ਏਡੀ ਵੱਡੀ ਗੰਭੀਰ ਨਹੀਂ ਹੈਗੀ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਪੰਜਾਬ ਦਾ ਅੰਕੜਾ ਬਹੁਤ ਛੋਟਾ ਸਾਰੇ ਸੂਬਿਆਂ ਤੋਂ ਮੁਕਾਬਲੇ ਤਨ ਅਸੀਂ ਵਧੀਆ ਸਥਿਤੀ ਦੇ ਵਿੱਚ ਹੈ ਤੇ ਦੂਸਰੀ ਗੱਲ ਇਹ ਹੈ ਵੀ ਵੱਡੀ ਗਿਣਤੀ ਵਿੱਚ ਮਰੀਜ਼ ਪੰਜਾਬ ਦੇ ਵਿੱਚ ਠੀਕ ਹੋ ਚੁੱਕੇ ਨੇ 1800 ਤੋਂ ਉੱਪਰ ਮਰੀਜ਼ ਜਿਹੜੇ ਠੀਕ ਹੋ ਚੁੱਕੇ ਨੇ ਸਾਡੇ ਮੁਕਾਬਲੇ ਚੰਡੀਗੜ੍ਹ ਦੀ ਸਥਿਤੀ ਜ਼ਿਆਦਾ ਗੰਭੀਰ ਹੈਗੀ ਚੰਡੀਗੜ੍ਹ ਹਾਲਾਂਕਿ ਬਹੁਤ ਐਡਵਾਂਸ ਜਾਂ ਪੜ੍ਹੇ ਲਿਖੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੇ ਬਹੁਤ ਚੰਗਾ ਕੰਮ ਕੀਤਾ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਬੜੇ ਸਮੇਂ ਸਿਰ ਅਸੀਂ ਕਰਫਿਊ ਵੀ ਲਾਇਆ ਤਾਲਾਬੰਦੀ ਵੀ ਰੱਖੀ ਹੈ ਹੁਣ ਜਿਹੜੀਆਂ ਖੁੱਲਾਬੀ ਦੇਣ ਦੀ ਸ਼ੁਰੂਆਤ ਪੰਜਾਬ ਨੇ ਕੀਤੀ ਹੈਗੀ ਪੰਜਾਬ ਦੇ ਵਿੱਚ ਕਾਰੋਬਾਰ ਵੀ ਸ਼ੁਰੂ ਹੋਣ ਜਾ ਰਹੇ ਨੇ ਮੇਰੇ ਖਿਆਲ ਸਾਨੂੰ ਬਹੁਤਾ ਚਿੰਤਤ ਹੋਣ ਦੀ ਲੋੜ ਨਹੀਂ ਚਿੰਤਤ ਸਾਨੂੰ ਆਪਣੇ ਆਪ ਆਪਣੇ ਪਰਿਵਾਰ ਪ੍ਰਤੀ ਹੋਣ ਦੀ ਜ਼ਰੂਰਤ ਹੈ ਅਸੀਂ ਕਿਵੇਂ ਵਿਚਰਨਾ ਸਾਡੇ ਪਰਿਵਾਰ ਨੂੰ ਅਸੀਂ ਕਿਵੇਂ ਸੁਰੱਖਿਅਤ ਰੱਖਣਾ ਇਹ ਸਾਡੀ ਆਪਣੀ ਡਿਊਟੀ ਹੈ ਇਸ ਚ ਸਰਕਾਰ ਦੀ ਦਖਲੰਦਗੀ ਬਹੁਤੀ ਨਹੀਂ ਹੈਗੀ ਜੀ ਤੇ ਉੱਥੇ ਹੀ ਕਰਫਿਓ ਤੇ ਲਾਕਡਾਊਨ ਦੌਰਾਨ ਪੰਜਾਬ ਪੁਲਿਸ ਵੱਲੋਂ ਕਈ ਵੋਲੰਟੀਅਰਜ਼ ਦੀ ਮਦਦ ਵੀ ਲਈ ਗਈ ਜਿਸ ਨਾਲ ਕਿ ਸਮੱਸਿਆਵਾਂ ਨੂੰ ਨਿਜੀਠਿਆ ਜਾ ਸਕੇ ਪਰ ਹੁਣ ਇਹ ਵੋਲੰਟੀਅਰਜ਼ ਆਪ ਪੁਲਿਸ ਮੁਲਾਜ਼ਮ ਬਣ ਕੇ ਜਿਹੜੇ ਲੋਕਾਂ ਦੀ ਪਰੇਸ਼ਾਨੀ ਦੀ ਦਾ ਕਾਰਨ ਬਣੇ ਹੋਏ ਨੇ ਇਸ ਬਾਰੇ ਕੀ ਕਹਿਣਾ ਚ ਮੇਰੇ ਖਰੇ ਕੋਈ ਪਿਛਲੇ ਹਫਤੇ ਦੀ ਇਹ ਗੱਲ ਹੈ ਹੁਣ ਇਹ ਸਥਿਤੀ ਥੋੜੀ ਜੀ ਬਦਲੀ ਹੈਗੀ ਉਦੋਂ ਕਿ ਕੋਈ ਪੁਲਿਸ ਕੋਲੇ ਨਫਰੀ ਘਟਾ ਹੈ ਸਾਰੇ ਸ਼ਹਿਰਾਂ ਦੇ ਵਿੱਚ ਪੁਲਿਸ ਕੋਲੇ ਨਫਰੀ ਨਹੀਂ ਸੀ ਜਿਹੜੀ ਤਰਫੇ ਨੂੰ ਲਾਗੂ ਕਰਨ ਲਈ ਇਸ ਕਰਕੇ ਵਲੰਟੀਅਰ ਦੀ ਮਦਦ ਲਈ ਗਈ ਸੀ ਪਰ ਜਦੋਂ ਇਹ ਗੱਲ ਮੀਡੀਆ ਵਿੱਚ ਪਿਛਲੇ ਹਫਤੇ ਤੋਂ ਆਉਣੀ ਸ਼ੁਰੂ ਹੋਈ ਹੈਗੀ ਤਾਂ ਐਸਐਸਪੀ ਜੀ ਜਾਂ ਜਿਲ੍ਹੇ ਦੇ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਉਹਨਾਂ ਨੂੰ ਬਕਾਇਦਾ ਹਦਾਇਤਾਂ ਦਿੱਤੀਆਂ ਗਈਆਂ ਨੇ ਕਈ ਥਾਵਾਂ ਤੇ ਉਹ ਵਲੰਟੀਅਰ ਹਟਾ ਦਿੱਤੇ ਗਏ ਨੇ ਪਰ ਫਿਰ ਵੀ ਇਹ ਤੇ ਨਜ਼ਰ ਰੱਖਣ ਦੀ ਤਰੀਕੇ ਨਾਲ ਪੇਸ਼ ਆਉਂਦਾ ਤਾਂ ਉਹਨਾਂ ਖਿਲਾਫ ਬਕਾਇਦਾ ਅਪਰਾਧਿਕ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਤੇ ਜੇ ਗੱਲ ਕਰੀਏ ਭਾਰਤ ਦੇ ਕੋਈ ਸੂਬਿਆਂ ਦੀ ਇਥੇ ਪੂਰਬ ਉੱਤਰ ਦੇ ਕਈ ਸੂਬਿਆਂ ਵਿੱਚ ਹੁਣ ਕਰੋਨਾ ਦਾ ਇੱਕ ਵੀ ਕੇਸ ਨਹੀਂ ਹੈ ਜੇ ਗੱਲ ਕੀਤੀ ਜਾਵੇ ਕੁਝ ਕੁ ਸੂਬਿਆਂ ਦੇ ਜਿਵੇਂ ਕਿ ਅਰਨਾਚਲ ਪ੍ਰਦੇਸ਼ ਤੇ ਨਾਗਾਲੈਂਡ ਦੀ ਇਸ ਵਿੱਚ ਬਰਾੜ ਜੀ ਦੇਖਣ ਵਾਲੀ ਗੱਲ ਇਹ ਹੈ ਕਿ 650 ਤੋਂ ਜ਼ਿਆਦਾ ਪਿੰਡਾਂ ਦੇ ਬਜ਼ੁਰਗਾ ਨੇ ਆਪ ਪਹਿਰਾ ਲਾ ਕੇ 24 ਘੰਟੇ ਨਿਗਰਾਨੀ ਕੀਤੀ ਹੈ ਜਿਸ ਕਰਕੇ ਅੱਜ ਉਹ ਇਸ ਸਮੱਸਿਆ ਤੋਂ ਜਿਹੜੇ ਨਜਾਤ ਪਾ ਪਾਸਕ ਨਹੀਂ ਕੀ ਕਹਿਣਾ ਚਾਹੁੰਦਾ ਮੇਰੇ ਖਿਆਲ ਇੱਕ ਚੰਗੀ ਜਾਗਰੂਕਤਾ ਉਹਨਾਂ ਵਿੱਚ ਉਹਨਾਂ ਨੇ ਆਪਣੀ ਡਿਊਟੀ ਸਮਝੀ ਹੈ ਆਪਣੇ ਫਰਜ਼ ਨੂੰ ਸਮਝਿਆ ਤੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਪੰਜਾਬ ਵਿੱਚ ਵੀ ਮੇਰੇ ਖਿਆਲ ਪ੍ਰਸ਼ਾਸਨ ਕਰਨੀ ਚਾਹੀਦੀ ਪੰਜਾਬ ਦੇ ਵੀ 12000 ਤੋਂ ਵੱਧ ਪਿੰਡਾਂ ਦੇ ਵਿੱਚ ਲੋਕਾਂ ਨੇ ਆਪ ਡਿਊਟੀਆਂ ਦਿੱਤੀਆਂ ਨੇ ਆਪ ਇਸ ਗੱਲ ਨੂੰ ਸੰਭਾਲੇ ਮੋਰਚੇ ਸੰਭਾਲੇ ਨੇ ਤਾਂ ਹੀ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ ਘਟੇਗੀ ਪਰ ਇਹ ਮੈਂ ਪਹਿਲੇ ਵੀ ਕਹਿ ਚੁੱਕਾ ਅਸੀਂ ਸਾਡੀ ਸਮਾਜਿਕ ਜ਼ਿੰਮੇਵਾਰੀ ਇਹ ਸਮਝੀਏ ਅਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਆਪਣੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਇਹ ਇਹ ਬਿਮਾਰੀ ਇਸ ਤਰ੍ਹਾਂ ਤੇ ਅੰਰਖਾਂਗੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਤੇ ਸਾਰੇ ਉਹ ਜਿਹੜੇ ਲੋਕ ਜਿਨ੍ਹਾਂ ਨੇ ਇਸ ਡਿਊਟੀ ਵਿੱਚ ਆਪਣਾ ਫਰਜ਼ ਨਿਭਾਇਆ ਉਹਨਾਂ ਨੂੰ ਮੈਂ ਸਲਾਮ ਕਰਦਾ ਕਿਉਂਕਿ ਜੇ ਸਾਡੇ ਸਾਰੇ ਨਾਗਰਿਕ ਨੇ ਇਸ ਤਰ੍ਹਾਂ ਦੀਆਂ ਡਿਊਟੀਆਂ ਨਾ ਨਿਭਾਉਂਦੇ ਪਿੰਡਾਂ ਦੇ ਜਿਵੇਂ ਤੁਸੀਂ ਬਜ਼ੁਰਗਾਂ ਨੇ ਦੱਸਿਆ ਤਾਂ ਹੋ ਸਕਦਾ ਸਾਡੇ ਹਾਲਤ ਵੀ ਅਮਰੀਕਾ ਵਰਗੇ ਹੁੰਦੇ ਬਿਲਕੁਲ ਤੇ ਜੇ ਗੱਲ ਕਰੀਏ ਪਿਛਲੇ 50 ਤੋਂ 60 ਦਿਨਾਂ ਦੀ ਲੋਕਡਾਊਨ ਦੌਰਾਨ ਕਰਫਿਊ ਦੌਰਾਨ ਲੋਕਾਂ ਨੂੰ ਘਰ ਘਰਾਂ ਵਿੱਚ ਰਹਿਣਾ ਪਿਆ ਔਰ ਇਸ ਦੌਰਾਨ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਕਾਫੀ ਬਦਲਾਅ ਜਿਹੜਾ ਦੇਖ ਦੇਖਿਆ ਗਿਆ ਔਰ ਜੇ ਗੱਲ ਕਰੀਏ ਕਾਫੀ ਕੰਪਨੀਆਂ ਵੱਲੋਂ ਕਾਫੀ ਦਫ਼ਤਰਾਂ ਵੱਲੋਂ ਵਰਕ ਫਰੋਮ ਹੋਮ ਦੀ ਜਿਹੜੀ ਅਲਾਉ ਕੀਤਾ ਗਿਆ ਸੀ ਆਪਣੇ ਕੰਮਿਆਂ ਨੂੰ ਔਰ ਇਸ ਕਾਰਨ ਵਰਕ ਫਰੋਮ ਹੋਮ ਵਿੱਚ ਤਕਰੀਬਨ 160% ਇਜ਼ਾਫਾ ਦੇਖਣ ਨੂੰ ਮਿਲਿਆ ਜੀ ਮੇਰੇ ਖਿਆਲ ਇੱਕ ਚੰਗਾ ਰੁਝਾਨ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਖਰਚੇ ਵੀ ਬਚਦੇ ਨੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਅਜਿਹੀਆਂ ਨੇ ਆਉਣ ਵਾਲੇ ਸਮੇਂ 'ਚ ਇਸ ਗੱਲ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇੱਕ ਵਰਕ ਟੂ ਹੋਮ ਹੈ ਇੱਕ ਵਰਕ ਟੂ ਰਿਮੋਟ ਹੈਗਾ ਜਿਹੜਾ ਵਰਕ ਟੂ ਰਿਮੋਟ ਹੈ ਉਹਦੇ ਵਿੱਚ 300 ਤੋਂ ਵੱਧ ਹਿੱਸੇ ਦੀ 344% ਦੇ ਕਰੀਬ ਇਜ਼ਾਫਾ ਹੋਇਆਗਾ ਮੇਰੇ ਖਿਆਲ ਇਹ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਸਾਡੇ ਲਈ ਬਹੁਤ ਜ਼ਰੂਰੀ ਹੋ ਗਈਆਂ ਨੇ ਸਾਨੂੰ ਪ੍ਰੋਡਕਟਿਵਲੀ ਜੋ ਉਤਪਾਦਨ ਵੱਲ ਧਿਆਨ ਦੇਣਾ ਚਾਹੀਦਾ ਕਿਵੇਂ ਅਸੀਂ ਉਤਪਾਦ ਆਪਣੀ ਵਧਾ ਸਕਦੇ ਹਾਂ ਉਤਪਾਦਨ ਤੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਇਹ ਸਾਡੀ ਸਾਰਿਆਂ ਦੀ ਡਿਊਟੀ ਹੋਣੀ ਚਾਹੀਦੀ ਹੈਗੀ ਇਸ ਚੀਜ਼ ਨੂੰ ਮੇਰੇ ਖਲ ਇੱਕ ਸਾਲ ਤੋਂ ਕਈ ਕੰਪਨੀਆਂ ਪਹਿਲਾਂ ਸ਼ੁਰੂ ਕਰ ਚੁੱਕੀਆਂ ਸੀਗੀਆਂ ਭਾਰਤ ਦੇ ਵਿੱਚ ਇਹ ਥੋੜਾ ਜਿਹਾ ਨਵਾਂ ਰੁਝਾਨ ਹੈ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਇਹਦੇ ਸਬੰਧ ਦੇ ਵਿੱਚ ਬਕਾਇਦਾ ਹਦਾਇਤਾਂ ਵੀ ਬਣਾਉਣ ਦੀ ਜ਼ਰੂਰਤ ਹੈ ਮਜ਼ਦੂਰਾਂ ਦੀ ਸੁਰੱਖਿਆ ਲਈ ਖਾਸ ਤੌਰ ਤੇ ਜਿਹੜੇ ਲੇਬਰ ਲਾ ਹੈ ਉਹਦੇ ਵਿੱਚ ਵੀ ਤਬਦੀਲੀ ਕਰਨ ਦੀ ਜ਼ਰੂਰਤ ਹੈ ਜੋ ਘਰਾਂ ਤੋਂ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਸਰਕਾਰ ਉਹਨਾਂ ਨੂੰ ਪ੍ਰੋਟੈਕਸ਼ਨ ਕਰੇਗੀ ਉਹਨਾਂ ਦੇ ਹਿੱਤਾਂ ਦੀ ਇਹ ਇਸ ਗੱਲ ਦੀ ਜ਼ਰੂਰਤ ਹੈ ਸਾਨੂੰ ਨਵੇਂ ਹਾਲਾਤਾਂ ਮੁਤਾਬਕ ਸਾਰਾ ਆਪਣਾ ਜਿਹੜਾ ਸਿਸਟਮ ਹੈ ਕਾਨੂੰਨੀ ਸਿਸਟਮ ਹੈ ਉਹ ਬਦਲਣਾ ਪਏਗਾ ਜੀ ਔਰ ਜਿੱਥੇ ਪੰਜਾਬ ਵਿੱਚ ਉੱਥੇ ਹੀ ਪੂਰੇ ਦੇਸ਼ ਵਿੱਚ ਇਸ ਬਿਮਾਰੀ ਤੋਂ ਬਾਹਰ ਆਉਣ ਦੀ ਜਿਹੜੀ ਆਸ ਕੀਤੀ ਜਾ ਰਹੀ ਹੈ ਬਰਾੜ ਜੀ ਕੀ ਸਮਝਦੇ ਹੋ ਇਸ ਤੋਂ ਬਾਅਦ ਕੀ ਜੀਵਨ ਸ਼ੈਲੀ 'ਚ ਕਿਸੇ ਤਰ੍ਹਾਂ ਦਾ ਬਦਲਾਅ ਦੇਖਣ ਨੂੰ ਮਿਲੇਗਾ ਬਦਲਾਅ ਤਾਂ ਹੋ ਚੁੱਕਾ ਹੈਗਾ ਸਿਰਫ ਉਹਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਹ ਹਰ ਆਦਮੀ ਤੱਕ ਪਹੁੰਚਣ ਦੀ ਜ਼ਰੂਰਤ ਹੈ ਹਰ ਆਖਰੀ ਨਗਰ ਤੱਕ ਉਹ ਗੱਲ ਪਹੁੰਚੇ ਵੀ ਅਸੀਂ ਇੱਕ ਬਦਲੀ ਹੋਈ ਦੁਨੀਆ 'ਚ ਰਹਿਣਾ ਸ਼ੁਰੂ ਕਰਨਾ ਹੈਗਾ ਅਸੀਂ ਕਿਵੇਂ ਰਹਿਣਾਗਾ ਉਹ ਉਹਦੇ ਵਿੱਚ ਕੰਮਕਾਜ ਦੀ ਹਾਲਾਤ ਵੀ ਬਦਲਣਗੇ ਸਾਡਾ ਨਿੱਜੀ ਜੀਵਨ ਵੀ ਬਦਲੇਗਾ ਜਿਹੜੀਆਂ ਖਾਸ ਤੌਰ ਤੇ ਬਹੁਤ ਵੱਡੀਆਂ ਅਸੀਂ ਇਕੱਠ ਕਰਦੇ ਸੀ ਗੈਦਰਿੰਗ ਕਰਦੇ ਸੀ ਉਹਨਾਂ ਦੇ ਵਿੱਚ ਤਬਦੀਲੀ ਬਹੁਤ ਵੱਡੀ ਦੇਖਣ ਨੂੰ ਮਿਲੂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਧਾਰਮਿਕ ਇਕੱਠਾਂ ਤੋਂ ਸਾਨੂੰ ਵਿਚਾਰ ਰੱਖਣਾ ਪਊਗਾ ਬਹੁਤ ਵੱਡੇ ਵਿਆਹ ਜਿਹੜੇ ਉਹਨਾਂ ਤੋਂ ਸਾਨੂੰ ਵਿਚਾਰ ਰੱਖਣਾ ਪਊਗਾ ਕਿਸੇ ਵੀ ਤਰ੍ਹਾਂ ਦੇ ਵੱਡੀਆਂ ਜਿਹੜੀਆਂ ਈਵਨ ਰੇਲੀਆਂ ਨੇ ਉਹ ਵੀ ਸਾਨੂੰ ਥੋੜਾ ਮੁਸ਼ਕਲ ਹੋ ਜਾ ਕੱਲ੍ਹ ਖੇਡ ਮੰਤਰੀ ਦਾ ਵੀ ਇਸ ਸਬੰਧ 'ਚ ਬਿਆਨ ਆਇਆ ਵੀ ਤੁਸੀਂ ਇਹ ਭੁੱਲ ਜਿਓ ਵੀ ਹੁਣ ਸਟੇਡੀਅਮਾਂ ਵਿੱਚ ਬਹੁਤ ਵੱਡੀ ਭੀੜ ਦੇ ਸਾਹਮਣੇ ਤੁਸੀਂ ਖੇਡੋਗੇ ਜੀ ਉਹ ਜਿਹੜੀ ਖੇਡਾਂ ਨੇ ਉਹ ਵੀ ਮੇਰੇ ਖਾਲੋ ਲੋਕ ਘਰਾਂ ਵਿੱਚ ਬੈਠ ਕੇ ਦੇਖਣਗੇ ਸਟੇਡੀਅਮ 'ਚ ਕੱਲੇ ਖਿਡਾਰੀ ਹੋਣਗੇ ਇਹ ਬਦਲਾਅ ਤਾਂ ਸਾਨੂੰ ਸਾਨੂੰ ਸਹਿਣੇ ਪੈਣਗੇ ਇਹ ਸਾਨੂੰ ਬਰਦਾਸ਼ਤ ਕਰਨੇ ਪੈਣਗੇ ਇਹਨਾਂ ਨਾਲ ਸਾਨੂੰ ਜੀਣਾ ਪਵੇਗਾ ਸਾਨੂੰ ਆਪਣੇ ਨਵੇਂ ਜਿਹੜਾ ਤੌਰ ਤਰੀਕੇ ਸਿੱਖ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਆਪਣੇ ਆਪਣੀ ਖੁਸ਼ੀ ਹਾਸਲ ਕਰਨੀ ਚਾਹੀਦੀ ਨੇ ਤੇ ਉੱਥੇ ਹੀ ਜੇ ਗੱਲ ਕਰੀਏ ਸਾਡੇ ਸਿਹਤ ਪ੍ਰਣਾਲੀ ਦੀ ਉਸ ਦਾ ਜਿਹੜਾ ਬੁਨਿਆਦੀ ਢਾਂਚਾ ਉਸ ਨੂੰ ਕਿੰਨਾਕ ਮਜ਼ਬੂਤ ਕਰਨ ਦੀ ਲੋੜ ਹੈ ਮੇਰੇ ਖਿਆਲ ਕਾਫੀ ਮਜ਼ਬੂਤ ਹੋ ਚੁੱਕਾ ਹੈ ਤੁਸੀਂ ਭਾਰਤ ਦਾ ਅੰਕੜਾ ਜੀ ਦੇਖੋ ਭਾਰਤ ਦੇ ਵਿੱਚ 10 ਲੱਖ ਲੋਕਾਂ ਨੂੰ ਅਸੀਂ ਇੱਕੋ ਸਮੇਂ ਇਲਾਜ ਦੀ ਸਹੂਲਤ ਦੇ ਸਕਦੇ ਹਾਂ ਜੇ ਮਤਲਬ ਜੇ ਹਾਲਾਤ ਪੈਦਾ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਵੀ ਹਾਲਾਤ ਕਾਫੀ ਬਦਲੇ ਨੇ ਪਹਿਲਾਂ ਪੰਜਾਬ ਦੇ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਸੀਗੇ ਹੁਣ ਨਵੇਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਦੇ ਮੁਤਾਬਕ ਮੇਰੇ ਖਿਆਲ ਹਲੇ ਫਿਲਹਾਲ ਤਾਂ ਬਹੁਤ ਵਧੀਆ ਨੇ ਜੇ ਆਉਣ ਵਾਲੇ ਸਮੇਂ 'ਚ ਬਹੁਤ ਗੰਭੀਰ ਕਿਤੇ ਸਥਿਤੀ ਪੈਦਾ ਹੁੰਦੀ ਹੈ ਰੱਬ ਨਾ ਕਰੇ ਤਾਂ ਹੋਰ ਪ੍ਰਬੰਧਾਂ ਦੀ ਜ਼ਰੂਰਤ ਹੈ ਫਿਰ ਵੀ ਇਹਦੇ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਹੈਗੀ ਸਾਡਾ ਖਾਸ ਤਰ ਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਹੈ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਹੈ ਇਹ ਦੋ ਚੀਜ਼ਾਂ ਬਹੁਤ ਬੁਨਿਆਦੀ ਨੇ ਸਾਡੇ ਜਿਹੜੀ ਵਿਕਾਸ ਦੇ ਲਈ ਮਨੁੱਖੀ ਵਿਕਾਸ ਦੇ ਲਈ ਇਹਨਾਂ ਵੱਲ ਦੋਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਵੱਧ ਇਹਦੇ 'ਚ ਫੰਡਿੰਗ ਹੋਣੀ ਚਾਹੀਦੀ ਹੈਗੀ ਇਹਦੇ ਵੱਲ ਇੱਕੋ ਉਹਨਾਂ ਦੀ ਜਿਹੜੀ ਮਿਆਰ ਆ ਉਹਦੇ ਵਿੱਚ ਵੀ ਥੋੜਾ ਜਿਹਾ ਕੁਆਲਿਟੀ ਸਾਨੂੰ ਪੈਦਾ ਕਰਨ ਉਹ ਤਾਂ ਕਿ ਉਹ ਲੋਕਾਂ ਨੂੰ ਵਧੀਆ ਇਲਾਜ ਸੁਲਤਾਨ ਦੇ ਸਕਣ ਦਵਾਈਆਂ ਦੀ ਉਪਲਬਧਤਾ ਸਾਨੂੰ ਬਤਾਉਣੀ ਪਊਗੀ ਉਪਕਰਨਾਂ ਦੀ ਬਤਾਉਣੀ ਪਊਗੀ ਇੱਕ ਜਿਹੜਾ ਡਾਇਗਨੋਸਿਸ ਦਾ ਸਿਸਟਮ ਹੈ ਜਿਹੜਾ ਅਸੀਂ ਪਰਤਾਲ ਦਾ ਸਿਸਟਮ ਹੈ ਸਾਡੇ ਹਸਪਤਾਲਾਂ ਦੇ ਵਿੱਚ ਉਹਦੇ ਵਿੱਚ ਵੀ ਹਲੇ ਕਈ ਕਮੀਆਂ ਨੇ ਕਈ ਵਾਰੀ ਅਸੀਂ ਮਰੀਜ਼ ਨੂੰ ਬਿਮਾਰ ਦੱਸਦੇ ਨੂੰ ਮੁੜ ਕੇ ਉਹ ਠੀਕ ਦੱਸਦੇ ਨੂੰ ਇਹ ਵੀ ਇਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਬਿਲਕੁਲ ਔਰ ਅਗਲੀ ਖਬਰ ਵੱਲ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਚ ਆਉਣ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਲਈ 14 ਦਿਨਾਂ ਦਾ ਜਿਹੜਾ ਕਵਾਰੰਟਾਈਨ ਹੈ ਉਸ ਨੂੰ ਇੱਕ ਲੋੜਵੰਦ ਚੀਜ਼ ਸਮਝ ਕੇ ਉਸ ਨੂੰ ਜ਼ਰੂਰੀ ਕੀਤਾ ਗਿਆ ਪਰ ਇਸ ਗੱਲ ਦਾ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਕਹਿਣਾ ਚਾਹੂੰਗਾ ਪਹਿਲੀ ਗੱਲ ਤੇ ਇਹ ਵੀ ਸਾਨੂੰ ਇਹ ਦੇਖਣਾ ਪਊ ਵੀ ਕਿਸਾਨਾਂ ਨੂੰ ਕਿੰਨੇ ਮਜ਼ਦੂਰਾਂ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਜੇ ਸਰਕਾਰੀ ਅੰਕੜਾ ਦੇਖਿਆ ਜਾਵੇ ਤਾਂ 13 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਜਾਣ ਲਈ ਅਰਜੀ ਦਿੱਤੀ ਸੀ ਜਿਨ੍ਹਾਂ ਚੋਂ ਹਲੇ ਸਿਰਫ 3 ਲੱਖ ਦੇ ਕਰੀਬ ਮਜ਼ਦੂਰ ਵਾਪਸ ਗਏ ਨੇ 10 ਲੱਖ ਮਜ਼ਦੂਰ ਪੰਜਾਬ ਚ ਹਲੇ ਹੈਗੇ ਕਿਉਂਕਿ ਉਹਨਾਂ ਨੂੰ ਆਸ ਹੈ ਵੀ ਆਉਣ ਵਾਲੇ ਦਿਨਾਂ ਚ ਤਾਲਵੰਦੀ ਖਤਮ ਹੋਊਗੀ ਤੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਹੋ ਸਕਦਾ ਉਹਨਾਂ ਵਿੱਚ ਹੋਰ 2-3 ਲੱਖ ਹੋਰ ਚਲੇ ਜਾਣ ਪਰ ਦੂਸਰੀ ਗੱਲ ਇਹ ਵੀ ਜਿਹੜੀ ਕਿਸਾਨੀ ਦੀ ਗੱਲ ਹੈਗੀ ਉਹਨਾਂ ਦੇ ਵਿੱਚ ਜਿਹੜੀ ਮੁੱਖ ਮੁੱਦਾ ਹੈਗਾ ਉਹ ਕਿੰਨੇ ਤੁਸੀਂ ਦਿਹਾੜੀ ਦੇਣੇ ਦਿਹਾੜੀ ਦੇ ਰੋਲੇ ਕਰਕੇ ਮਜ਼ਦੂਰ ਨਹੀਂ ਆ ਰਹੇ ਹੈਗੇ ਦੂਜੇ ਸਟੇਟਾਂ ਤੋਂ ਜਿਹੜੇ ਮਜ਼ਦੂਰਾਂ ਨੇ ਆਉਣਾ ਹੈਗਾ ਉਹਨਾਂ ਨੇ ਪਹਿਲਾਂ ਇਹ ਪੁੱਛਣਾ ਵੀ ਉਹਨਾਂ ਨੂੰ ਕਿੰਨੇ ਪੈਸੇ ਮਿਲਣ ਕਿਉਂਕਿ ਠੇਕੇਦਾਰੇ ਕੰਮ ਕਰਦੇ ਨੇ ਤੇ ਜਿੱਥੋਂ ਤੱਕ 14 ਦਿਨਾਂ ਦੀ ਗੱਲ ਹੈ ਉਹਦੇ ਵਿੱਚ ਮੇਰੇ ਖਿਆਲ ਨਾਲ ਛੋਟ ਦਿੱਤੀ ਜਾ ਸਕਦੀ ਹੈ ਜੇ ਕਿਸਾਨਾਂ ਦੇ ਕਿਸਾਨਾਂ ਦੇ ਨਾਲ ਸਰਕਾਰ ਨੂੰ ਸੰਪਰਕ ਕਰਨਾ ਚਾਹੀਦਾ ਹੈ ਜਿਹੜੇ ਮਜ਼ਦੂਰ ਖੇਤਾਂ ਦੇ ਵਿੱਚ ਰਹਿਣਗੇ ਜਾਂ ਖੇਤਾਂ 'ਚ ਹੀ ਕੰਮ ਕਰਨਗੇ ਪਿੰਡ ਦੇ ਨਾਲ ਸੰਪਰਕ ਨਹੀਂ ਰੱਖਣਗੇ ਉਹਨਾਂ ਨੂੰ ਮੇਰੇ ਖਿਆਲ ਨਾਲ ਇਹ 14 ਦਿਨਾਂ ਦੀ ਛੋਟ ਦਿੱਤੀ ਜਾ ਸਕਦੀ ਜਾਂ ਇਹਨੂੰ ਘਟਾਇਆ ਜਾ ਸਕਦਾ ਸੱਦ ਕੀਤਾ ਜਾ ਸਕ ਨੰਦਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਵੀ ਕਿੰਨੇ ਮਜ਼ਦੂਰਾਂ ਦੀ ਜ਼ਰੂਰਤ ਹੈ ਉਹਨੇ ਮਜ਼ਦੂਰਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਪਰਮਿਟ ਦਿੱਤੇ ਜਾਣ ਉਹਨਾਂ ਲਈ ਤੇ ਉਹਨਾਂ ਦਾ ਇਕਾਂਤ ਵਾਸਤੇ ਜਿਹੜਾ ਸਮਾਂ ਉਹ 14 ਤੋਂ 7 ਦਿਨ ਕੀਤਾ ਜਾਵੇ ਤੇ ਬਰਾੜ ਸਾਹਿਬ ਜੀ ਅਸੀਂ ਦੇਖੀਏ ਆਉਣ ਵਾਲਾ ਸਮਾਂ ਜਿਹੜਾ ਝੋਨੇ ਦੇ ਸੀਜ਼ਨ ਵਾਲਾ ਹੈ ਇਸ ਬਾਰੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਮੇਰੇ ਕੋਲ ਪ੍ਰਸ਼ਾਸਨ ਵੱਲੋਂ ਤਾਂ ਲਗਾਤਾਰ ਇਹ ਕਿਸਾਨਾਂ ਨੂੰ ਰਾਹਤ ਜਾਰੀ ਹੈ ਵੀ ਤੁਸੀਂ ਮਸ਼ੀਨੀ ਇਹ ਜਿਹੜਾ ਮਸ਼ੀਨ ਦੇ ਨਾਲ ਝੋਨੇ ਝੋਨਾ ਲਾਓ ਸਿੱਧਾ ਝੋਨਾ ਲਾਓ ਪਨੀਰੀ ਨਾ ਲਾਓ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਪਨੀਰੀ ਲਾ ਰਹੇ ਨੇ ਮੇਰੇ ਖਿਆਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸਾਨ ਨੂੰ ਸਮਝਾਉਣ ਦੀ ਜ਼ਰੂਰਤ ਹੈ ਵੀ ਸਾਨੂੰ ਝੋਨੇ ਦੇ ਥੱਲੇ ਜਿਹੜਾ ਮੌਜੂਦਾ ਏਰੀਆ ਹੈਗਾ ਜਾਂ ਖੇਤਰਫਲ ਹੈਗਾ ਉਹਨੂੰ ਘਟਾਉਣ ਦੀ ਜ਼ਰੂਰਤ ਹੈ ਕਿ ਇਹ ਝੋਨਾ ਇੱਕ ਬਹੁਤ ਮਹਿੰਗੀ ਫਸਲ ਹੈ ਦਿਹਾੜੀ ਦੇ ਪੱਖੋਂ ਤੋਂ ਵੀ ਪਾਣੀ ਦੇ ਪੱਖ ਤੋਂ ਵੀ ਜੇ ਕਿਸਾਨ ਹੋਰ ਬਦਲਵੀਂਆਂ ਫਸਲਾਂ ਬੀਜਣ ਵਿਸ਼ੱਕੋ ਜੇ ਕੋਈ 10 ਕਿੱਲੇ ਬੀਜ ਦਾ ਉਹ ਉਹ ਪੰਜ ਬੀਜਣਾ ਸ਼ੁਰੂ ਕਰ ਦੇ ਪੰਜ ਹੋਰ ਫਸਲਾਂ ਮੱਕੀ ਖਾਸ ਤੌਰ ਤੇ ਬੀਜੀ ਜਾ ਸਕਦੀ ਹੈ ਹੋਰ ਬਹੁਤ ਸਾਰੀਆਂ ਫਸਲਾਂ ਨੇ ਜਿਨ੍ਹਾਂ ਵਿੱਚੋਂ ਜ਼ਿਆਦਾ ਪੈਸੇ ਕਮਾਏ ਜਾ ਸਕਦੇ ਨੇ ਇਹਦੀ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਤਾਂ ਹੋ ਸਕਦਾ ਜੇ ਜਿਹੜੇ ਖੇਤੀਬਾੜੀ ਡਿਪਾਰਟਮੈਂਟ ਜਾਂ ਜਿਹੜੇ ਸੰਬੰਧਿਤ ਸਾਰੇ ਵਿਭਾਗ ਨੇ ਉਹ ਕਿਸਾਨ ਜਥੇਬੰਦੀਆਂ ਨਾਲ ਮਿਲ ਜੁਲ ਕੇ ਕੰਮ ਕਰਨ ਕਿਸਾਨਾਂ ਨੂੰ ਵੀ ਸਮਝਣ ਉਹ ਕਿਸਾਨਾਂ ਦੀਆਂ ਆਪਣੀਆਂ ਤਰਕ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਬਿਲਕੁਲ ਅੱਗੇ ਵਧਾਂਗੇ ਗੱਲਬਾਤ ਕਰਾਂਗੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਹਲੋਣੇ ਮਗਰੋਂ ਪੰਜਾਬ ਸਰਕਾਰ ਦੀ ਜਾਗ ਖੁੱਲੀ ਹੈ ਹੁਣ ਇਥੋਂ ਦੇ ਪ੍ਰਵਾਸੀ ਮਜ਼ਦੂਰ ਜੋ ਕਿ ਪੰਜਾਬ ਸੂਬੇ ਤੋਂ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਮੁਫਤ ਭੋਜਨ ਅਤੇ ਸਫ਼ਰ ਦਾ ਪ੍ਰਬੰਧ ਕੀਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਹੋ ਜੀ ਮੁੱਖ ਮੰਤਰੀ ਸਾਹਿਬ ਪਹਿਲੇ ਕਹਿ ਚੁੱਕੇ ਨੇ ਪਰਸੋਂ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ ਸੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੇ ਐਸਐਸਪੀ ਨੂੰ ਉਹਨਾਂ ਨੇ ਹੁਕਮ ਦਿੱਤਾ ਵੀ ਕੋਈ ਵੀ ਮਜ਼ਦੂਰ ਪੈਦਲ ਨਹੀਂ ਜਾਣਾ ਚਾਹੀਦਾ ਜੇ ਕੋਈ ਜਾਣਾ ਚਾਹੁੰਦਾ ਜੀ ਦੂਸਰਾ ਉਹਨਾਂ ਲਈ ਖਾਣੇ ਦਾ ਪ੍ਰਬੰਧ ਹੋਣਾ ਚਾਹੀਦਾ ਪਹਿਲਾਂ ਵੀ ਕੀਤਾ ਗਿਆ ਮੇਰੇ ਖਿਆਲ ਇਹਦੇ ਵਿੱਚ ਕੋਈ ਬਹੁਤੀ ਵੱਡੀ ਦਿੱਕਤ ਨਹੀਂ ਸਿਰਫ ਆਵਾਜਾਈ ਦੇ ਸਾਧਨਾਂ ਦੀ ਥੋੜੀ ਜਿਹੀ ਮੁਸ਼ਕਲ ਹੈ ਕਿਉਂਕਿ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਉਹ ਗੱਡੀਆਂ ਦੀ ਪ੍ਰਪਲਤਾ ਹੈ ਨਹੀਂ ਉਹਨੀਆਂ ਰੇਲਵੇ ਕੋਲੇ ਇੰਨੀ ਗੱਡੀਆਂ ਹੈ ਨਹੀਂ ਸਾਰੇ ਸਟੇਟਾਂ ਵਿੱਚੋਂ ਮਜ਼ਦੂਰ ਆ ਰਹੇ ਨੇ ਤੇ ਉਹ ਜਿਹੜੀਆਂ ਉਹਨਾਂ ਦੀ ਜਿਹੜੀ ਇੱਕ ਤਰੀਕ ਤੋਂ ਬਾਅਦ ਮੇਰਾ ਖਿਆਲ ਗੱਡੀਆਂ ਮਿਲ ਸਕਦੀਆਂ ਨੇ ਇੱਕ ਤਰੀਕ ਤੋਂ ਬਾਅਦ ਹੀ ਇਸ ਬਾਰੇ ਵਿੱਚ ਕੋਈ ਫੈਸਲਾ ਹੋ ਸਕਦਾ ਹੁਣ ਜਿਹੜੀਆਂ ਜਿੰਨੇ 3 ਕ ਲੱਖ ਦੇ ਕਰੀਬ ਮਜ਼ਦੂਰ ਵਾਪਸ ਜਾ ਚੁੱਕੇਗਾ ਜਿਹੜੇ ਹੋਰ ਵੀ ਜਾਣਾ ਚਾਹੁੰਦੇ ਨੇ ਉਹ ਇੱਕ ਤਰੀਕ ਤੋਂ ਬਾਅਦ ਜਾ ਸਕਦੇ ਨੇ ਪਰ ਮੇਰਾ ਖਿਆਲ ਵੀ ਜੇ ਤਾਲਾਬੰਦੀ ਖੁੱਲ ਜਾਂਦੀ ਪੰਜਾਬ ਦੇ ਜੀ ਮੁੱਖ ਮੰਤਰੀ ਕਹਿ ਰਹੇ ਨੇ ਵੀ ਅਸੀਂ ਤਾਲਾਬੰਦੀ ਖਤਮ ਕਰਨ ਜਾ ਰਹੇ ਹਾਂ ਤਾਂ ਹੋ ਸਕਦਾ ਉਹ ਮਜ਼ਦੂਰਾਂ ਨੂੰ ਵਾਪਸ ਨਾ ਜਾਣਾ ਪਵੇ ਜੇ ਉਹਨਾਂ ਦਾ ਕੰਮਕਾਜ ਸ਼ੁਰੂ ਹੁੰਦਾ ਤਾਂ ਉਹ ਰੋਟੀ ਵੀ ਆਪਣੇ ਤੌਰ ਤੇ ਤੋ اے ਸੰਜੀ ਆਈ ਦੇ ਕੁਝ ਖਾਸ ਖਬਰਾਂ ਬਰਾੜ ਜੀ ਤੁਸੀਂ ਸਾਡੇ ਨਾਲ ਜੁੜੇ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਹੰਦੀਆਂ ਅਸੀਂ ਆਪਣੇ ਦਰਸ਼ਕਾਂ ਦੇ ਵੀ ਪ੍ਰੋਗਰਾਮ ਦਾ ਸਮਾਪਤ ਹੁੰਦਾ ਜੀ ਆਗਿਆ ਦਿਓ ਨਮਸਕਾਰ